विद्वता ते खोज भरपूर पाई गुर इकबाल सिंह जी दियां चार हथ लिखत किताबां मैं दस्यो मारक संतो शरदा दियां 11 निशानियां 9 विशेषताइयां श्री सुखमणी साहब जी जीवन सेता ट्रस्ट कोलो किताबां मंगवाउण लई संपर्क करो 9875-25850 गुरुमुख पर उपकारी विरलाया गुरुमुख पर उपकारी गुरुमुख पर उपकारी सेवा ले रहे ने सिख पंथ दे सत्कारत गुरमुख प्यारे
ਅਰਦਾਸ ਕਰੋ ਇਹ ਪ੍ਰਕਰਨ ਸੁਣਦੇ ਸੁਣਦੇ ਇੰਨੀਆਂ ਕੁ ਬੈਟਰੀਆਂ ਚਾਰਜ ਹੋ ਜਾਣ ਕਿ ਸਾਡਾ ਵੀ ਮੁੱਖ ਗੁਰੂ ਵੱਲ ਹੀ ਹੋ ਜਾਵੇ। ਇੰਨਾ ਕੁ ਰੰਗ ਲੱਗ ਜੇ ਗੁਰਮੁੱਖ ਪਿਆਰੇ ਜਿਨ੍ਹਾਂ ਦਾ ਮੁੱਖ ਗੁਰੂ ਵੱਲ, ਕੁਝ ਖਾਣਾ ਤੇ ਗੁਰੂ ਵੱਲ ਵੇਖਦੇ ਆ, ਕੀ ਮਰਿਆਦਾ ਚ ਖਾਣਾ ਤੇ ਕੀ ਨਹੀਂ ਖਾਣਾ, ਕੁਝ ਪੀਣਾ ਤੇ ਗੁਰੂ ਵੱਲ ਵੇਖਦੇ ਆ, ਜੋ ਤੂੰ ਮਰਿਆਦਾ ਬੰਨੀ ਏ ਕੀ ਪੀਣਾ ਕੀ ਨਹੀਂ ਪੀਣਾ। ਜੇ ਪਹਿਨਦੇ ਨੇ ਤੇ ਗੁਰੂ ਵੱਲ ਵੇਖਦੇ, ਜੋ ਤੂੰ ਮਰਿਆਦਾ ਬੰਨੀਏ ਕਿਤਰਾਂ ਦਾ ਪਹਿਨਣਾ ਤੇ ਕਿਤਰਾਂ ਦਾ ਨਹੀਂ ਪਹਿਨਣਾ। ਜੇ ਮਹੀਨੇ ਬਾਅਦ ਆਪਣੀ ਕਿਰਤ ਦੀ ਕਮਾਈ ਘਰ ਲਿਆਂਦੇ ਨੇ ਤੇ ਗੁਰੂ ਵੱਲ ਵੇਖਦੇ ਨੇ, ਤੂੰ ਕੀ ਮਰਿਆਦਾ ਬੰਨੀ ਏ, ਕਿਵੇਂ ਇਹਦਾ ਦਸਵੰਧ ਕੱਢਣਾ, ਗੱਜ ਕੇ ਆਖੋ ਸਤਨਾਮ। ਆ ਹੈ ਮੁੱਖ ਗੁਰੂ ਵੱਲ, ਹਰ ਕੰਮ ਕਰਨ ਤੋਂ ਪਹਿਲਾਂ ਉਹਨੂੰ ਸੋਚਣਾ, ਆ ਕਰਨ ਨਾਲ ਕਿਤੇ ਮੇਰੇ ਗੁਰੂ ਦੀ ਪਿੱਠ ਤੇ ਨਹੀਂ ਹੋਜੂ, ਮੇਰੇ ਸਤਿਗੁਰੂ ਕਿਤੇ ਨਾਰਾਜ਼ ਤੇ ਨਹੀਂ ਹੋ ਜਾਣਗੇ। ਇਹ ਕੰਮ, ਇਹ ਥੋੜੇ ਲਫ਼ਜ਼ ਉੱਚੇ ਬੋਲਣ ਲੱਗਾ ਮੈਂ, ਇਹ ਕੰਮ ਕਰਨ ਦੇ ਨਾਲ ਕਿਧਰੇ ਮੇਰੇ ਗੁਰੂ ਵੱਲ ਉਂਗਲ ਤੇ ਨਹੀਂ ਹੋ ਜੂਗੀ। ਹਾਏ ਹਾਏ, ਆਖੋ ਸਤਨਾਮ। ਉਂਗਲ ਤੇ ਨਹੀਂ ਹੋ ਜੂਗੀ, ਉਹਨੂੰ ਕਹਿੰਦੇ ਗੁਰੂ ਵੱਲ ਮੁੱਖ। ਸਰੀਰ ਕਰਕੇ ਗੁਰੂ ਵੱਲ ਮੁੱਖ ਉਹ ਅਲੱਗ ਗੱਲ ਹੈ, ਹਰ ਕੰਮ ਕਰਨ ਤੋਂ ਪਹਿਲੇ ਸੋਚ। ਪਿਤਾ ਵੱਲ ਕੋਈ ਉਂਗਲ ਨਾ ਕਰ ਦੇ, ਆਖੋ ਸਤਨਾਮ। ਆ ਹੈ ਗੁਰੂ ਵੱਲ ਮੁੱਖ। ਇਹ ਅਰਦਾਸ ਕਰੋ, ਆ ਪ੍ਰਕਰਨ ਸੁਣਦੇ ਸੁਣਦੇ ਜੀਵਨ ਦਾ ਹਰ ਪਲ, ਹਰ ਘੜੀ, ਹਰ ਕਣ ਕਣ ਸਾਡਾ ਮੁੱਖ ਵੀ ਗੁਰੂ ਵੱਲ ਹੋ ਜੇ। ਅੱਜ 18ਵਾਂ ਭਾਗ ਏ ਤੇ ਤੁਸੀਂ ਭੁੱਲਿਓ ਨਾ, 17ਵੇਂ ਭਾਗ ਚ ਭਾਈ ਬਹਿਲੋ ਜੀ ਦਾ ਪ੍ਰਕਰਨ ਵਿੱਚ ਛੱਡਿਆ ਸੀ, ਥੋੜਾ ਜਿਹਾ ਬੋਲਦਿਆਂ ਕਿੱਥੇ ਛੱਡਿਆ ਸੀ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ, ਤੂੰ ਪਿਛਲੇ ਜਨਮ ਚ ਸਾਡੇ ਕੋਲੋਂ ਅੰਮ੍ਰਿਤ ਮੰਗਿਆ ਸੀ, ਹੁਣ ਟਾਈਮ ਆ ਗਿਆ ਤਾਂ ਬੁਲਾ ਰਹੇ। ਤੂੰ ਪਿਛਲੇ ਜਨਮ ਚ ਸਾਡੇ ਕੋਲੋਂ ਅੰਮ੍ਰਿਤ ਮੰਗਿਆ ਸੀ, ਜਿਸ ਅੰਮ੍ਰਿਤ ਕੋ ਜਾਚਤ ਜਬੈ ਜੱਜੇ ਨਾਲ, ਉਦੋਂ ਜਿਸ ਅੰਮ੍ਰਿਤ ਨੂੰ ਤੂੰ ਮੰਗਿਆ, ਸਮਾਂ ਜਾਨ ਪ੍ਰਾਪਤ ਸੋ ਅਵੈ, ਹੁਣ ਉਹ ਸਮਾਂ ਆ ਗਿਆ ਤਾਂ ਤੈਨੂੰ ਬੁਲਾ ਰਹੇ ਹਾਂ। ਫਿਰ ਉਹਨੂੰ ਅਖੀਰ ਤੇ ਡਰ ਆ ਗਿਆ ਸੀ ਸਖੀ ਸਰੋਵਰ ਨਾਰਾਜ਼ ਨਾ ਹੋ ਜੇ, ਉਹਨੇ ਫਿਰ ਮਨ ਨੂੰ ਇੱਥੇ ਖਿਲਾਰਿਆ ਸੀ ਵੀ ਦੋ ਰਾਤਾਂ ਜੇ ਮੈਨੂੰ ਕੋਈ ਸੁਪਨਾ ਆ ਗਿਆ ਸਖੀ ਸਰੋਵਰ ਦਾ ਫਿਰ ਰੁਕ ਜਾਂਗਾ,
ਫਿਰ ਜਿਹੜੇ ਸਤਲੁਜ ਦਰਿਆ ਚ ਜਾਣਾ ਬੇੜੀ ਤੇ ਜਾਂ ਕੋਈ ਸਖੀ ਸਰਵਰ ਨੇ ਰੁਕਾਵਟ ਪਾਤੀ ਤੇ ਸਮਝ ਲਾਂਗਾ, ਨਹੀਂ ਜਾਣਾ ਜੇ ਕੋਈ ਸੁਪਨਾ ਨਾ ਆਇਆ ਰੁਕਾਵਟ ਨਾ ਪਈ, ਫਿਰ ਇਹ ਸਰੀਰ ਗੁਰੂ ਅਰਜਨ ਦੇਵ ਮਹਾਰਾਜ ਇਹ ਫਿਰ ਤੇਰਾ ਹੈ, ਆਖੋ ਸਤਿਨਾਮ, ਫਿਰ ਇਹ ਤੇਰਾ ਹੈ, ਕੋਈ ਰੁਕਾਵਟ ਨਹੀਂ ਪਈ। ਇੱਥੇ ਆਪਾਂ ਪ੍ਰਕਰਨ ਛੱਡਿਆ ਸੀ, ਉਹ ਫਿਰ ਸਤਲੁਜ ਦਰਿਆ ਦੇ ਹਰਾ ਚੋਲਾ ਖੁੰਡੀ ਜੋ ਫਿਰ ਉਹ ਲਿਬਾਸ ਸਾਰਾ ਭੇਟਾ ਕਰਕੇ ਉੱਥੇ ਹੀ ਕਹਿਤਾ ਵੀ ਗੁਰੂ ਅਰਜਨ ਦੇਵ ਹੁਣ ਮੈਂ ਤੇਰਾ, ਹੁਣ ਸਾਰੇ ਬਿਰਤੀ ਲੈਓ ਜੀ, ਭਾਈ ਬਹਿਲੋ ਜੀ ਆ ਗਏ ਅੰਮ੍ਰਿਤਸਰ, ਕਿੰਨਾ ਸਾਡੇ ਪਿਓ ਨੂੰ ਫਿਕਰ ਹੈ, ਹੁਣ ਪਿਓ ਨੂੰ ਸੁਣਿਆ ਮਿਲ ਗਿਆ ਜੀ ਭਾਈ ਬਹਿਲੋ ਜੀ ਆ ਗਏ, ਗਰੀਬ ਨਿਵਾਜ ਸੱਚੇ ਪਾਤਸ਼ਾਹ ਪਿੰਡ ਫਫੜੇ ਮਾਲਵੇ ਤੋਂ ਆ ਗਏ ਹੈ। ਪਿਤਾ ਜੀ ਕਹਿੰਦੇ ਹੈ ਆ ਤੇ ਗਿਆ ਪਰ ਕਿਤੇ ਮੈਂ ਨਾਲ ਹੀ ਨਾ ਆ ਗਈ ਹੋਵੇ, ਆਖੋ ਸਤਨਾ, ਕਿਤੇ ਮੈਂ ਨਾਲ ਹੀ ਨਾ ਆ ਗਈ ਹੋਵੇ, ਭਾਂਡਾ ਇਹਦਾ ਫਿਰ ਖਾਲੀ ਰਹਿ ਜਾਣਾ ਜੇ ਮੈਂ ਨਾਲ ਆ ਗਈ। ਮਹਾਰਾਜ ਕਹਿੰਦੇ ਸਿੱਖੋ ਮਾੜਾ ਜਿਹਾ ਖੜਕਾਓ ਭਾਂਡਾ ਜਿਹਾ ਆ ਗਏ, ਆਖੋ ਸਤਨਾ, ਮੈਨੂੰ ਦੱਸੋ ਬਈ ਕਿਵੇਂ ਹੈ, ਭਰਿਆ ਆਇਆ ਕਿ ਖਾਲੀ ਆਇਆ, ਮੈਂ ਨਾ ਭਰਿਆ ਆਇਆ ਕਿ ਖਾਲੀ ਆਇਆ। ਸਿੱਖ ਗਏ ਗੁਰੂ ਸਾਹਿਬ ਜੀ ਦੇ ਹੁਕਮ ਵਿੱਚ, ਪਿਤਾ ਜੀ ਨੇ ਕਿਹਾ ਸੀ ਜਰਾ ਵੇਖੋ ਭਰਿਆ ਤਾਂ ਨਹੀਂ ਮੈਂ ਨਾਲ, ਇਹ ਹੁੰਦਾ ਜੇ ਭਾਈ ਮੈਨੂੰ ਤੇ ਉਹਨਾਂ ਨੇ ਸੱਤ ਅੱਠ ਫੋਨ ਕੀਤੇ ਹੈ, ਮੈਂ ਤੇ ਤਾਂ ਸੰਗਤ ਚ ਆਈ ਹਾਂ, ਆਖੋ ਸਤਨਾਮ, ਮੇਰੇ ਕੋਲ ਕਿੱਥੇ ਟਾਈਮ ਹੈ। ਉਹ ਮੈਂ ਨਾਲ ਆ ਗਈ ਸੰਗਤ ਵਿੱਚ, ਮੇਰੇ ਕੋਲ ਤਾਂ ਇੱਕ ਮਿੰਟ ਦਾ ਸਮਾਂ ਨਹੀਂ, ਇਹ ਤਾਂ ਉਹਨਾਂ ਨੇ ਬਹੁਤ ਕਿਹਾ ਸੀ ਵੀ ਆਇਓ ਜ਼ਰੂਰ ਆਇਓ, ਮੈਂ ਤੇ ਤਾਂ ਆਇਆ। ਬਾਬਾ ਜੀ ਕਹਿੰਦੇ ਕਿਤੇ ਉਹ ਨਾ ਹੋਵੇ ਵੀ ਇਹਨੂੰ ਕਿਉਂਕਿ ਦੋ ਤਿੰਨ ਸੁਨੇਹ ਭੇਜੇ ਆ, ਤੇਰਾ ਪਿਛਲਾ ਲਿੰਕ ਇਹ ਤੇ ਕਿਤੇ ਹੁਣ ਭਰਿਆ ਨਾ ਹੋਵੇ, ਮੈਨੂੰ ਤੇ ਇੰਨੀਆਂ ਚਿੱਠੀਆਂ ਭੇਜੀਆਂ ਤਾਂ ਆਇਆ ਮੈਂ। ਮਹਾਰਾਜ ਕਹਿੰਦੇ ਜਾਓ ਭਾਈ ਮਾੜਾ ਵੇਖੋ ਖੜਕਾ ਕੇ ਕਿਵੇਂ ਹੈ ਪੁਜੀਸ਼ਨ। ਸਿੱਖ ਆਏ ਤੇ ਆ ਕੇ ਪੁੱਛਿਆ ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਦਰ ਤੇ ਕੋਲ ਆ ਕੇ ਅਜੇ ਦਰਸ਼ਨ ਨਹੀਂ ਹੋਏ, ਮਹਾਰਾਜ ਆਪ ਜੀ ਨੂੰ ਦਰਸ਼ਨ ਦਿੰਦੇ ਆ, ਪਰ ਕੀ ਮਹਿਸੂਸ ਕਰਦੇ ਹੋ? ਗੁਰੂ ਚੈੱਕ ਕਰਦਾ ਜੇ, ਉਹ ਚੈੱਕ ਕਰਦਾ ਜੇ ਵੀਰਵਾਰ ਆਣ ਵਾਲਿਓ ਦੋ ਚੀਜ਼ਾਂ ਦਾ ਪੱਲਾ ਘੁੱਟ ਕੇ ਫੜ ਲਓ, ਇੱਕ ਗੁਰਬਾਣੀ ਦਾ ਤੇ ਇੱਕ ਨਿਮਰਤਾ ਦਾ। ਮੈਂ ਗੁਰੂ ਦੀ ਜ਼ੋਰੀ 'ਚ ਕਹਿੰਦਾ ਜਿਹੜਾ ਤੁਹਾਡੇ 'ਚੋਂ ਦੋ ਚੀਜ਼ਾਂ ਦਾ ਪੱਲਾ ਫੜ ਲਏਗਾ ਉਹਦੇ ਘਰ 'ਚ ਕਲੇਸ਼ ਰਹੇਗਾ ਹੀ ਨਹੀਂ, ਜਿਹੜਾ ਤੁਹਾਡੇ 'ਚੋਂ ਦੋ ਚੀਜ਼ਾਂ ਦਾ ਪੱਲਾ ਫੜ ਲਏਗਾ ਗੁਰਬਾਣੀ ਦਾ ਤੇ ਨਿਮਰਤਾ ਦਾ, ਮੈਂ ਗੁਰੂ ਦੀ ਜ਼ੋਰੀ 'ਚ ਉਹਦੀ ਕਿਰਪਾ ਨਾਲ ਕਹਿੰਦਾ ਜੇ ਜਿੱਥੇ ਜਾਓਗੇ ਬਾਜਾਂ ਵਾਲਾ ਤੁਹਾਡੀ ਗੱਡੀ ਦੇ ਨਾਲ ਹੀ ਜਾਊਗਾ। ਏਡੀਆਂ ਵੱਡੀਆਂ ਦਾਤਾਂ ਜੇ, ਔਰ ਕਹਿ ਲੈਣ ਦੇਣਾ ਪਰਚਾ ਨਾ ਪਵੇ, ਇਹ ਦੋ ਚੀਜ਼ਾਂ ਜੇ ਜ਼ਿੰਦਗੀ ਚ ਨਾਲ ਲੈ ਕੇ ਚੱਲੋਗੇ ਨਾ, ਇੱਕ ਗੁਰਬਾਣੀ ਇੱਕ ਨਿਮਰਤਾ, ਇਹ ਦੋਵੇਂ ਦਾਤਾਂ ਇੰਨੀਆਂ ਵੱਡੀਆਂ ਜੇ ਜਿੱਥੇ ਜਾਓਗੇ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਪ੍ਰਬੰਧ ਕੀਤੇ ਹੋਣਗੇ। ਉਹ ਤੇ ਇੰਨਾ ਖਿਆਲ ਰੱਖਦਾ ਸਾਡਾ, ਇੰਨਾ ਘੱਟ ਘੱਟ ਚ ਹੈ, ਇਹ ਦੋ ਚੀਜ਼ਾਂ ਹਰ ਵੇਲੇ ਨਾਲ ਰੱਖੋ।
ਬਹੁਤ ਵੱਡੀਆਂ ਦਾਤ ਹੈ। ਗੁਰਬਾਣੀ ਤੇ ਨਿਵਰਤਾ, ਇਹਦੇ ਬਿਨਾਂ ਨਾ ਤੁਰਿਆ ਕਰੋ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਦੇਹ ਰੋਗਤਾ ਬਖਸ਼ੇ, ਪਰ ਬਾਈ ਚਾਂਸ ਘਰ ਦੇ ਕਿਸੇ ਜੀਵ ਬਾਰੇ ਉਹ ਪ੍ਰੋਬਲਮ ਆ ਜੇ, ਡਾਕਟਰ ਕਵੇ ਆਪਰੇਸ਼ਨ ਕਰਾਉਣਾ ਪੈਣਾ, ਅੱਜ ਕਰਾ ਲਓ, ਹਫ਼ਤੇ ਨੂੰ ਕਰਾ ਲਓ, 15 ਦਿਨ ਨੂੰ ਕਰਾ ਲਓ, ਡਾਕਟਰ ਕਹਿ ਦਿੰਦੇ ਕਈ ਵਾਰੀ 20 ਦਿਨ ਨੂੰ ਕਰਾ ਲਓ। ਹੁਣ ਡਾਕਟਰ ਨੇ ਕਿਹਾ 15 ਦਿਨਾਂ 'ਚ ਆਪਰੇਸ਼ਨ ਕਰਾ ਲਓ, ਕੋਈ ਵੀ ਪ੍ਰੋਬਲਮ ਹੈ ਤੁਸੀਂ ਉਹ 15 ਦਿਨਾਂ ਬਾਅਦ ਆਪਰੇਸ਼ਨ ਕਰਾਉਣ ਚਲੇ ਗਏ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਤੁਹਾਡੇ ਕਰਮ ਵਰਤਣਗੇ, ਪਰ ਉਹਨਾਂ 15 ਦਿਨਾਂ ਵਿੱਚ ਤੁਸੀਂ ਪਰਿਵਾਰ ਵਿੱਚ ਅਗਰ ਬੈਨ ਲਾਉਂਦੇ ਹੋ, ਆਪਾਂ ਸਾਰਿਆਂ ਨੇ 250 ਪਾਠ ਜਪਜੀ ਸਾਹਿਬ ਹਾਜ਼ਰੀ ਲਾਉਣੀ 15 ਦਿਨਾਂ 'ਚ, ਫਿਰ ਦੇਖ ਕਰਾ ਕੇ ਅਰਦਾਸ ਕਰਕੇ ਆਪਰੇਸ਼ਨ ਕਰਾਉਣ ਜਾਣਾ, ਕਰਮ ਨਹੀਂ ਵਰਤਣਗੇ, ਗੁਰੂ ਗੋਬਿੰਦ ਸਿੰਘ ਨਾਲ ਜਾਣਗੇ, ਸ਼ਹੀਦ ਸਿੰਘ ਨਾਲ ਜਾਣਗੇ। ਹਾਲ ਇਹ ਗੱਲ ਤਾਂ ਥੋੜ੍ਹੀ ਜਿਹੀ ਕੋਈ ਵਿੱਚ ਮਾੜੀ ਦਲੀਲ ਦੇਈ ਦੀ ਆਪਰੇਸ਼ਨ ਜਾਂ ਗੱਲ, ਇਹਨੂੰ ਕਹਿੰਦੇ ਹੈ ਗੁਰਬਾਣੀ ਨੂੰ ਨਾਲ ਲੈ ਕੇ ਚੱਲਣਾ। ਦੁੱਖ ਸੁੱਖ ਘਰਾਂ 'ਚ ਆਉਂਦੇ ਹੈ, ਇਹਨੂੰ ਨਾਲ ਲੈ ਕੇ ਚੱਲਿਆ ਕਰੋ। ਹੁਣੇ ਇੱਕ ਭਾਜੀ ਕਹਿਣ ਡੇ ਸੀ ਆਉਂਦੇ ਆਉਂਦੇ ਵੀ ਬੱਚੇ ਦੇ ਵੀਜ਼ੇ ਦੇ ਕਾਗਜ਼ ਭਰਨੇ ਆ। ਮੈਂ ਕਿਹਾ ਵੀ ਸਤਿਗੁਰਾਂ ਨੂੰ ਨਾਲ ਲੈ ਕੇ ਚੱਲੋ, 101 ਪਾਠ ਜਪਜੀ ਸਾਹਿਬ ਕਰਕੇ ਦੇਖ ਲੈ ਕੇ ਅਰਦਾਸ ਕਰਕੇ ਫਾਈਲ ਲਾਓ, ਤੇ ਅਰਦਾਸ ਇਹ ਕਹੋ ਸਤਿਗੁਰੂ ਜੇ ਇਹਦੇ ਬਾਹਰ ਰਹਿਣ 'ਚ ਭਲਾ ਤੇ ਵੀਜ਼ਾ ਲਵਾ ਦਿਓ, ਜੇ ਤੇਰੀ ਨਗਰੀ 'ਚ ਰਹਿਣ 'ਚ ਭਲਾ ਤੇ ਇੱਥੇ ਰੱਖ ਲਓ, ਆਹ ਨਾਲ ਆਖੋ ਸਤਨਾਮ, ਉਹਨੂੰ ਨਾਲ ਲੈ ਕੇ ਜਾ। ਇਹ ਜਿਵੇਂ ਕਬੀਰ ਜੀ ਦੀ ਵੋਟੀ ਨੇ ਕਹਿਤਾ ਸੀ ਨਾ 3 ਵਾਰੀ ਰਾਮ ਰਾਮ, ਤੇ ਕਬੀਰ ਜੀ ਨਾਰਾਜ਼ ਹੋ ਗਏ ਸੀ, ਕਹਿੰਦੇ ਇੱਕ ਵਾਰੀ ਰਾਮ ਕਹਿਣ ਨਾਲ ਕਈਆਂ ਦਾ ਕੋੜ ਉਤਰ ਜਾਂਦਾ, ਤੂੰ ਸੌਦਾ ਐਡਾ ਸਸਤਾ 3 ਵਾਰੀ ਕਿਉਂ ਕਿਹਾ, ਕੋ ਸਤਨਾਮ। ਹੁਣ ਉਹ ਨਸ਼ਾ ਕਿਹੜਾ, ਜਦੋਂ ਉਹ ਨਸ਼ੇ 'ਚ ਆਓਗੇ ਤੇ ਉਦੋਂ ਪਤਾ ਲੱਗੇਗਾ ਕੋਈ ਪ੍ਰੋਬਲਮ ਦਾ ਫੋਨ ਆਇਆ, ਤੁਸੀਂ ਗੁਟਕਾ ਸਾਹਿਬ ਲੈ ਕੇ ਇੱਕ ਓਂਕਾਰ ਸ਼ੁਰੂ ਕੀਤਾ, ਇੱਧਰ ਇੱਕ ਓਂਕਾਰ ਸ਼ੁਰੂ ਹੁੰਦਾ, ਉਧਰੋਂ ਬਾਜਾਂ ਵਾਲਾ ਸ਼ਹੀਦ ਸਿੰਘਾਂ ਦੀਆਂ ਡਿਊਟੀਆਂ ਲਾ ਦਿੰਦਾ, ਇਹਨੇ ਜਪਜੀ ਸਾਹਿਬ ਦਾ ਲੜ ਫੜ ਲਿਆ, ਇਹਨੇ ਗੁਟਕਾ ਸਾਹਿਬ ਫੜ ਲਿਆ ਭਾਈ। ਇਹ ਉਹ ਨਸ਼ਾ ਫਿਰ ਜਿਹਦੇ ਨਾਲ ਬੀਤਦੀ ਹੈ, ਉਹ ਜਦੋਂ ਵੇਖਦਾ ਫਿਰ ਉਹਨੂੰ ਕਬੀਰ ਜੀ ਦੀ ਗੱਲ ਸਮਝ ਲੱਗਦੀ ਹੈ ਕਿ ਲੋਈ ਸੌਦਾ ਸਸਤਾ ਦੇ ਤਾ ਹੀ, ਆਖੋ ਸਤਨਾਮ। ਇੱਕ ਵਾਰੀ ਰਾਮ ਕਹਿਣ ਨਾਲ ਹੀ ਕਈ ਕੁਝ ਮਿਲ ਜਾਂਦਾ, ਤੁਹਾਨੂੰ 3 ਵਾਰੀ ਕਿਉਂ ਕਹਿਤਾ, ਉਤਰਾਂ ਬਾਰੰਬਾਰ ਬਾਰ ਪ੍ਰਭ ਜਪੀਏ। ਸਿਰਫ ਉਹਨਾਂ ਨੇ ਉਸ ਵੇਲੇ ਉਹਦਾ ਇਹ ਦੱਸਿਆ ਵੀ ਇੱਕ ਵਾਰੀ 'ਚ ਕਿੰਨਾ ਅਸਰ ਹੈ। ਉਹ ਦੇਸ਼ 'ਚ ਆਓ, ਐਡੀ ਕੁ ਗੁਰਬਾਣੀ ਦੇ ਭਾਵਨਾ ਰੱਖੋ, ਅਟੈਂਸ਼ਨ ਨੂੰ, ਚਿੰਤਾ ਨੂੰ ਚਿੰਤਨ ਬਣਾਓ, ਆਖੋ ਸਤਨਾਮ। ਔਰ ਚਿੰਤਨ ਇੰਨੇ ਵਿਸ਼ਵਾਸ ਨਾਲ ਬਣਾਓ ਕਿ ਇਧਰੋਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਮੈਂ ਸ਼ੁਰੂ ਕਰਨਾ, ਇੰਨਾ ਕੁ ਵਿਸ਼ਵਾਸ ਹੋਵੇ ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮੇਰਾ ਕਸ਼ਟ ਕੱਟਣ ਲਈ ਸ਼ਹੀਦ ਸਿੰਘਾਂ ਦੀਆਂ ਡਿਊਟੀਆਂ ਲਾ ਦੇਣੀ ਹੈ। ਆਖੀ ਨਸ਼ਾ ਦੱਸਾਂ ਮੈਂ, ਇਹ ਕੀ ਰੰਗ ਦੱਸਾਂ, ਕੋਈ ਪਰਚਾ ਨਾ ਪਵੇ। ਇਹਨੂੰ ਕਬੀਰ ਜੀ ਨੇ ਕਿਹਾ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਇਹ ਦੋ ਚੀਜ਼ਾਂ ਦਾ ਹਰ ਵੇਲੇ ਧਿਆਨ ਰੱਖੋ। ਮੈਂ ਨੂੰ ਜਿੰਨਾ ਮਾਰ ਸਕਦੇ ਹੋ ਮਾਰੋ, ਗੱਡੀ ਤੋਂ ਵੀ ਦਾਦ ਕਹਿ ਗੱਡੀ ਚੋਂ ਉਤਰਦਾ ਨਾ, ਗੱਡੀ ਚੋਂ ਹੀ ਬੰਦਾ ਉਤਰੇ ਨਾ, ਠਾਠ ਵਾਠ ਨਾਲ ਪੁੱਛੋ ਹੀ ਕੁਝ ਨਾ, ਉੱਥੇ ਹੀ
ਉੱਥੇ ਉਹ ਵੀ ਨਹੀਂ ਗੁਰੂ ਨੂੰ ਪਾਉਂਦਾ। ਗੱਡੀ ਚ ਉਤਰਨ ਚ ਵੀ ਨਿਮਰਤਾ ਰੱਖੋ, ਕੋਈ ਤੁਹਾਨੂੰ ਕੋਈ ਛਕਾ ਰਿਹਾ ਉਹ ਚ ਵੀ ਨਿਮਰਤਾ ਰੱਖੋ। ਪਤਾ ਨਹੀਂ ਇਹ ਕਿਵੇਂ ਸਵੇਰ ਦੀ ਵਿਚਾਰਾ ਤਿਆਰੀ ਕਰ ਰਿਹਾ। ਉਸ ਵੇਲੇ ਕੋਈ ਬਣੋ ਨਾ ਲਾ ਬਈ, ਮੈਂ ਕੋਈ ਬਣ ਗਿਆ ਛਕਾਉਣ ਵਾਲਾ, ਮੈਂ ਛਕਣ ਵਾਲਾ, ਮੈਂ ਕੀ ਦੱਸਾਂ ਇਹ ਸਵਾਦ ਨੂੰ, ਇੱਕ ਇਹਨੂੰ ਮਾਰ ਲਓ ਮੈਂ ਇਹਨੂੰ, ਇੱਕ ਗੁਰਬਾਣੀ ਨਾਲ ਰੱਖੋ। ਹੁਣ ਪਿਤਾ ਜੀ ਚੈੱਕ ਕਰਦੇ, ਗੁਰੂ ਅਰਜਨ ਦੇਵ ਕਹਿੰਦੇ ਜਰਾ ਵੇਖੋ ਭਰਿਆ ਤੇ ਨਹੀਂ, ਆਖੋ ਸਤਨਾਮ, ਕਿਉਂਕਿ ਇਹਨੂੰ ਬੁਲਾਇਆ ਤੇ ਬੁਲਾਉਣ ਵਾਲੇ ਨੂੰ ਹੋਵੇਂ ਜ਼ਿਆਦਾ ਆ ਜਾਂਦੀ ਹੈ। ਇੱਕ ਹੁੰਦਾ ਬੰਦਾ ਆਪਣੇ ਆਪ ਸੰਗਤ 'ਚ ਆਇਆ ਹੋਵੇ, ਇੱਕ ਹੁੰਦਾ ਵੀ ਗੁਰੂ ਨੇ ਸੁਨੇਹ ਭੇਜ ਕੇ ਦੋ ਤਿੰਨ ਫਿਰ ਬੁਲਾਇਆ ਹੋਵੇ। ਤੇਰਾ ਸਾਡਾ ਪਿਛਲਾ ਲਿੰਕ ਹੈ, ਤੂੰ ਅੰਮ੍ਰਿਤ ਮੰਗਿਆ ਸੀ, ਤੂੰ ਮੁਕਤੀ ਮੰਗੀ ਸੀ, ਮਰ ਕਹਿੰਦੇ ਵੇਖੋ ਭਾਈ ਕਿਤੇ ਬਹੁਤ ਭਰਿਆ ਹੋਵੇ, ਪਹਿਲੇ ਉਹਦਾ ਇਲਾਜ ਕਰੀਏ, ਆਖੋ ਸਤਨਾਮ। ਤੇ ਜਦੋਂ ਸਿੱਖਾਂ ਨੇ ਕੋਲ ਗਏ, ਕਹਿੰਦੇ ਭਾਈ ਬਹਿਲੋ ਜੀ ਕੀ ਮਹਿਸੂਸ ਕਰ ਰਹੇ ਹੋ, ਗੁਰੂ ਅਰਜਨ ਦੇਵ ਜੀ ਕੋ ਆਏ ਹੋ, ਕੀ ਮਹਿਸੂਸ ਕਰ ਰਹੇ ਹੋ, ਜਰਾ ਹੁਣ ਸੁਣਿਓ ਜੀ ਵਾਰਤਾ, ਸੁਣੋ ਆਨੰਦ ਆਏਗਾ ਬੜਾ। ਭਾਈ ਬਹਿਲੋ ਜੀ ਸਿੱਖਾਂ ਨੇ ਵੇਖਣਾ ਸੀ ਕਿੱਥੇ ਹੈ, ਵੀ ਕੀ ਮਹਿਸੂਸ ਕਰ ਰਹੇ ਹੋ, ਉਹ ਲਫਜ਼ ਸੁਣਿਓ ਜਿਹੜੇ ਲਿਖੇ ਇਤਿਹਾਸਕਾਰਾਂ ਨੇ, ਸੂਰਜ ਪ੍ਰਕਾਸ਼ ਨੇ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ, ਤਵਾਰੀ ਖਾਲਸਾ ਨੇ, ਹੋਰ ਰਾਈਟਰਾਂ ਨੇ, ਕਹਿੰਦੇ ਭਾਈ ਬਹਿਲੋ ਜੀ ਦੇ ਹੱਥ ਜੁੜ ਗਏ। ਸਿੱਖ ਕਹਿੰਦੇ ਵੀ ਕੀ ਮਹਿਸੂਸ ਕਰ ਰਹੇ ਹੋ ਆ ਕੇ, ਹੱਥ ਜੁੜ ਗਏ, ਤੇ ਇਹ ਲਫਜ਼ ਜਰਾ ਨੋਟ ਕਰਿਓ ਜਿਹੜੇ ਬੋਲਣ ਲੱਗਾ ਦਾ, ਵੀ ਕੀ ਮਹਿਸੂਸ ਕਰ ਰਹੇ ਹੋ, ਤੇ ਕਹਿੰਦਾ ਮੇਰੇ ਬੜੇ ਚੰਗੇ ਭਾਗ ਜਾਗੇ ਨੇ ਕਿ ਗੁਰੂ ਅਰਜਨ ਦੇਵ ਨੇ ਮੈਨੂੰ ਤੁੱਠ ਕੇ ਬੁਲਾਇਆ ਹੈ। ਇੰਨੀ ਤੋਂ ਪਤਾ ਲੱਗ ਗਿਆ ਵੀ ਮਰੀ ਹੋਈ ਹੈ, ਆਖੋ ਸਤਨਾਮ, ਮੈਂ ਮਰੀ ਹੋਈ ਹੈ। ਕਹਿੰਦਾ ਮੇਰੇ ਬੜੇ ਚੰਗੇ ਭਾਗ ਜਾਗੇ ਨੇ, ਮੈਨੂੰ ਗੁਰੂ ਅਰਜਨ ਦੇਵ ਜੀ ਨੇ ਤੁੱਠ ਕੇ ਬੁਲਾਇਆ। ਸਿੱਖਾਂ ਨੇ ਜਾ ਕੇ ਕਿਹਾ ਮਹਾਰਾਜ ਕਿਰਪਾ ਹੀ ਹੈ, ਖਾਲੀ ਹੋ ਕੇ ਆਇਆ, ਵਡਭਾਗਾ ਸਮਝ ਰਿਹਾ। ਕਹਿੰਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮੇਲ ਹੋਇਆ, ਦਰਸ਼ਨ ਦਿਦਾਰੇ ਹੋਏ, ਆਮਣੇ ਸਾਹਮਣੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਉੱਤੇ ਸੀਸ ਰੱਖਿਆ ਭਾਈ ਬਹਿਲੋ ਜੀ ਨੇ। ਹੁਣ ਜਰਾ ਲਫਜ਼ ਸੁਣਿਓ, ਤੇ ਇਹ ਚੀਜ਼ਾਂ ਤੁਹਾਡੇ ਪਿੰਡਾਂ 'ਚ ਨਗਰਾਂ 'ਚ ਹੈਗੀਆਂ, ਤੇ ਹੁਣ ਕਹਿ ਕੌਣ ਰਿਹਾ ਗੁਰੂ ਅਰਜਨ ਦੇਵ ਜੀ? ਗੁਰੂ ਅਰਜਨ ਦੇਵ ਕਹਿੰਦੇ ਭਾਈ ਬਹਿਲੋ, ਅਭੀ ਵੀ ਉਹ ਲਫਜ਼ ਸੁਣਿਓ, ਗੁਰੂ ਅਰਜਨ ਦੇਵ ਕਹਿੰਦੇ ਭਾਈ ਬਹਿਲੋ ਮੜੀ, ਮਹਾਰਾਜ ਦਾ ਪਹਿਲਾ ਲਫਜ਼ ਸੀ ਮੁੱਖ 'ਚ ਮੜੀ, ਦੂਜਾ ਲਫਜ਼ ਸੀ ਗੋਗਾ, ਤੀਜਾ ਲਫਜ਼ ਸੀ ਮੱਠ, ਚੌਥਾ ਲਫਜ਼ ਸੀ ਪੀਰ ਖਾਨੇ। ਇਹ ਸਾਰਾ ਤੁਸੀਂ ਸਮਝ ਗਏ ਉਹ ਕੀ ਬੋਲਿਆ ਦਾਸ ਨੇ, ਡਿਟੇਲ ਨਹੀਂ ਚਾਹੀਦੀ। ਗੁਰੂ ਅਰਜਨ ਦੇਵ ਜੀ ਭਾਈ ਬਹਿਲਾ ਨੂੰ ਕਹਿੰਦੇ ਬਹਿਲੋ ਜੀ ਮੜੀ ਗੋਗਾ ਮੱਠ ਪੀੜ ਖਾਨੇ ਇਹ ਸਭ ਜੜ ਪਦਾਰਥ ਨੇ, ਕਦੀ ਵੀ ਇਹ ਕਿਸੇ ਨੂੰ ਕੁਝ ਦੇ ਨਹੀਂ ਸਕਦੇ। ਲਓ ਬਈ ਸੁਣੋ ਪਿਤਾ ਜੀ ਦੇ, ਇਹ ਚੀਜ਼ਾਂ ਲਿਆਓ, ਕਦੀ ਆਉਂਦਾ ਵੀਰਵਾਰ ਦਾ ਮੈਂ ਦੀਵਾ ਜਾਂ ਉਹ ਗੱਲਬਾਤ ਤਾਂ ਇਸ਼ਾਰਾ ਹੀ ਲੈ ਲਿਓ। ਮਹਾਰਾਜ ਨੇ ਕਿਹਾ ਮੜੀ ਗੋਗਾ ਮੱਠ ਪੀਰ ਖਾਨੇ ਇਹ ਸਭ ਜੜ ਪਦਾਰਥ ਨੇ, ਇਹ ਕਿਸੇ ਨੂੰ ਕੁਝ ਦੇ ਨਹੀਂ ਸਕਦੇ। ਅਗਲੇ ਲਫ਼ਜ਼ ਸੁਣੋ ਪਿਆਰ ਨਾਲ, ਗੁਰੂ ਅਰਜਨ ਦੇਵ ਕਹਿੰਦੇ ਬਹਿਲੋ ਜੀ ਇਹ ਸਿਰਫ ਜਗਤ ਦੀ ਭੇਡ ਚਾਲ ਹੈ, ਇੱਕ ਦੂਜੇ ਮਗਰ ਲੱਗ ਕੇ ਜਗਤ ਦੀ ਭੇਡ ਚਾਲ ਹੈ, ਜਿਸ ਵਿੱਚ ਬਿਨਾਂ ਵਿਚਾਰ ਤੋਂ ਲੋਕ ਭਟਕ ਰਹੇ ਨੇ। ਇਹ ਜਗਤ ਦੀ ਭੇਡ ਚਾਲ ਹੈ, ਗੁੱਗਾ ਪੀਰਖਾਨੇ ਮੱਠ ਮੜੀ ਇਹ ਜਗਤ ਦੀ ਭੇਡ ਚਾਲ ਹੈ, ਜਿਸ ਵਿੱਚ ਬਿਨਾਂ ਵਿਚਾਰ ਲੋਕ ਭਟਕ ਰਹੇ ਨੇ। ਬਸ ਆਹ ਲਫ਼ਜ਼ ਬੋਲੇ ਪਿਤਾ ਜੀ ਨੇ, ਅਸਰ ਹੋਵੇ ਤੇ ਵੇਖੋ ਇੱਥੇ ਹੀ ਹੋ ਜਾਵੇ।
ਵਾਹਿਗੁਰੂ। ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਪੰਜਵੀਂ ਲਹਿਰ 350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਨੂੰ ਸਮਰਪਿਤ ਸੰਗਤਾਂ ਵੱਲੋਂ ਕੀਤੇ ਜਾ ਰਹੇ ਖੁੱਲੇ ਸ਼੍ਰੀ ਜਪਜੀ ਸਾਹਿਬ ਜੀ, ਸ਼੍ਰੀ ਜਾਪ ਸਾਹਿਬ ਜੀ, ਸ਼੍ਰੀ ਸਹਿਜ ਪਾਠ ਅਤੇ ਵਾਹਿਗੁਰੂ ਸਿਮਰਨ ਜਾਪ ਦਾ 12ਵਾਂ ਜਪ ਤਪ ਅਰਦਾਸ ਸਮਾਗਮ ਮਿਤੀ 3 ਜੁਲਾਈ 2016 ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏਗਾ, ਜਿਸ ਵਿੱਚ ਸੰਤ ਮਹਾਪੁਰਸ਼ ਅਤੇ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ। ਆਪ ਸਭ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਦਰਸ਼ਨ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਤੇ ਨਾਲ ਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਤੋਂ ਸਤਿਗੁਰੂ ਜੀ ਨੇ ਕਿਤਨੀ ਸੇਵਾ ਲਈ ਹੈ। ਆਪ ਜੀ ਨੇ 3 ਜੁਲਾਈ ਦਿਨੇ ਤੱਕ ਇਹਨਾਂ ਨੰਬਰਾਂ ਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। 98 765 25 825 27 30 ਅਤੇ 33।